विधानसभा हलका फतेहगढ़ चूड़ियां तो श्रोमणी अकाली दल ने अज लखबीर सिंह लोधी नंगल नूं अपना उम्मीदवार ऐलान दिता है, जिस तों बाद लोधी नंगल नाल संबंधित अकाली वर्करां दे विच भारी खुशी दा माहौल है। समुचे अकाली वर्करां वल्लों लखबीर सिंह लोधी नंगल दे घर पहुँच के उन्हां नूं वधाइयां दित्तियां जा रही हैं, लड्डू भी वंडे जा रहे हैं। इस मौके पत्रकारां नाल गलबात करदिआं लखबीर सिंह लोधी नंगल ने पार्टी हाईकमांड दा इत्थों टिकट देण लई उन्हां दा तह दिलों धन्नवाद कीता है अते उन्हां कहा है कि ओह इह सीट जित के श्रोमणी अकाली दल की झोली च पाउणगे। वाहिगुरू जी का खालसा वाहिगुरू जी की फतेह। गुरु रामदास जी का अज बहुत महान पुरब की अज दिन आ। गुरु नानक पातशाह की बड़ी मेहर रही अज तक साढ़े परिवार से साढ़े उत्ते, और मैं समझना हाँ कि मेरे पास लफ्ज़ नहीं जिन्हां दे नाल मैं अपनी हाईकमान सरदार सुखबीर सिंह जी बादल, साढ़े सरप्रस्त सरदार प्रकाश सिंह जी बादल, बीबा हरसिमरत जी का और साढ़े माझे दे जरनैल सरदार बिक्रम सिंह मजीठा का धन्यवाद करने वास्ते मैनूं शब्द नहीं लभदे जिन्ना उन्हां मैनूं माण बख्शिया। और मैनूं इस गल दी पूर्ण भरोसा आ कि जिस विश्वास के नाल दास नूं उन्हां फतेहगढ़ चूड़ियां की जिम्मेवारी सौंपी आ, यह मेरा पुराना हलका आ। लोगों का तां तुसीं वेखदे जे जदों दी टिकट अनाउंस होई आ उस वेले दे हजारां दी तादाद विच लोग सवेर दे आ रहे ने, टोकरियां भरे लड्डू लै के आ रहे ने, अस्तबाजी पिंडां च चलन रही आ। और मैं समझना कि मेरे ते सच्चे पातशाह की बड़ी बख्शिश आ जिहदे करके मैनूं इह सारा प्यार मिल रहा। और मैं बहुत बहुत कोट एंड कोट धन्यवाद अपनी हाईकमांड का करदा और उन्हां नूं विश्वास दिवाउणा कि मैं ਤੁਹਾਡੀ ਸੋਚ ਦੇ ਮੁਤਾਬਕ ਬਹੁਤ ਭਾਰੀ ਬਹੁਮਤ ਦੇ ਨਾਲ ਇਹ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਪਾਵਾਂਗੇ ਅਤੇ ਸੱਚੇ ਪਾਤਸ਼ਾਹ ਬਖਸ਼ਿਆ ਕਰਨਗੇ, ਉਹ ਇਸੇ ਤਰ੍ਹਾਂ ਹੀ ਸਾਡੇ 'ਤੇ ਮਿਹਰ ਭਰਿਆ ਹੱਥ ਰੱਖਣਗੇ ਅਤੇ ਅਸੀਂ ਦਿਲੀ ਤੌਰ ਦੇ ਉੱਤੇ ਨੇਕ ਨਿਸ਼ਚਿਤੀ ਦੇ ਨਾਲ ਆਪਣੇ ਹਲਕੇ ਦੀ ਅਤੇ ਜਿੱਥੇ ਜਿੱਥੇ ਹੋਰ ਡਿਊਟੀ ਲੱਗੂਗੀ ਸੇਵਾ ਕਰਦੇ ਰਹੋਗੇ। ਅਕਾਲੀ ਦਲ ਦਾ 65-35 ਦਾ ਅੰਕੜਾ ਵਾ, ਉਹ ਵਰਕਰਾਂ ਨਾਲ ਕਿਸ ਤਰ੍ਹਾਂ ਤੁਸੀਂ ਮੈਨੇਜ ਕਰੋਗੇ? 65-35 ਦਾ ਕਿਵੇਂ? ਵਰਕਰ ਜਿਹੜੇ ਅਕਾਲੀ ਦਲ ਦੇ ਜਿਹੜੇ ਆ ਉਹ ਫਤਿਹਗੜ੍ਹ ਚੂੜੀਆਂ 'ਚ ਵੰਡੇ ਗਏ? ਨਹੀਂ, ਮੇਰੇ ਨਾਲ ਕੋਈ ਵਰਕਰ ਦੂਰ ਨਹੀਂ ਗਾ। ਸਾਰੇ ਵਰਕਰ ਜਿਹੜੇ ਆ ਉਹ ਪਾਰਟੀ ਦੀ ਟਿਕਟ ਦੀ ਅਨਾਊਂਸਮੈਂਟ ਡੀਕਦੇ ਸੀ। ਸਾਰੇ ਵਰਕਰ ਜਿਹੜੇ ਨੇ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਨਾ ਜੀ, ਉਹ ਚਟਾਨ ਵਾਂਗੂ ਖੜ੍ਹੇ ਨੇ। ਔਰ ਮੇਰਾ ਖਿਆਲ ਆ ਕਿ ਕੋਈ ਐਸਾ ਵਿਅਕਤੀ ਸਵੇਰ ਦਾ ਰਿਹਾ ਨਹੀਂ ਤੁਹਾਡੇ ਸਾਹਮਣੇ, ਟੈਲੀਫੋਨ ਜਿਹੜਾ ਆ ਕਿੰਨੀ ਸਪੀਡ ਦੇ ਨਾਲ ਚੱਲ ਰਿਹਾ। ਔਰ ਅਸੀਂ ਸਾਰੇ ਇਕੱਠੇ ਹਾਂ ਔਰ ਅਸੀਂ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਡਟ ਕੇ ਰਵੀ ਕਰਨ ਦੀ ਮਦਦ ਕਰਾਂਗੇ। ਔਰ ਇੱਥੇ ਵੀ ਸਾਰੇ ਅਕਾਲੀ ਵਰਕਰ ਜਿਹੜੇ ਆ ਸਾਡੇ ਨਾਲ ਤਤਪਰ ਨੇ, ਰਾਤ ਦਿਨ ਅਸੀਂ ਇਕੱਠਿਆਂ ਹੋ ਕੇ। ਸਾਡਾ ਮਿਸ਼ਨ ਅਕਾਲੀ ਦਲ ਦੀ ਸਰਕਾਰ ਬਣਾਉਣਾ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣਾ। ਕੋਈ ਇੱਕ ਸੀਟ ਦੀ ਗੱਲ ਨਹੀਂ, ਅਸੀਂ ਸਾਰੇ ਸਾਡੇ ਜ਼ਿਲ੍ਹੇ 'ਚ ਜਿੰਨੀਆਂ ਸੀਟਾਂ ਉਹਨਾਂ ਵਾਸਤੇ ਲੱਕ ਬੰਨ੍ਹ ਕੇ ਅਸੀਂ ਪੂਰੀ ਮਦਦ ਕਰਾਂਗੇ। ਲੋਧੀ ਨਗਰ ਸਾਹਿਬ, ਕਾਹਲੋਂ ਪਰਿਵਾਰ ਹਮੇਸ਼ਾ ਤੁਹਾਡੇ 'ਤੇ ਇਹ ਦੋਸ਼ ਲਾਉਂਦਾ ਰਿਹਾ ਹੈ ਕਿ ਜਦੋਂ ਵੀ ਇਲੈਕਸ਼ਨਾਂ ਆਉਂਦੀਆਂ ਨੇ, ਪਹਿਲਾਂ ਜਦੋਂ ਕਾਹਲੋਂ ਪਰਿਵਾਰ ਇੱਥੋਂ ਲੜਦਾ ਸੀ ਵੀ ਲੋਧੀ ਨੰਗਲ ਸਾਹਿਬ ਜਿਹੜੇ ਨੇ ਉਹ ਸਾਡੀ ਵਿਰੋਧਤਾ ਕਰਦੇ ਆਏ, ਤੁਸੀਂ ਹੁਣ ਕੀ ਆਸ ਕਰਦੇ ਹੋ ਵੀ ਲੋਧੀ ਰਵੀਕਰਨ ਇੱਥੇ ਤੁਹਾਡੀ ਜਿਹੜੀ ਹਮਾਇਤ ਕਰੇਗਾ? ਮੈਂ ਤੁਹਾਨੂੰ ਇੱਕ ਗੱਲ ਕਰਨਾ ਚਾਹੁੰਦਾ ਹਾਂ, ਕਿਉਂਕਿ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਜਦੋਂ ਸੀਟਾਂ ਕਈ ਵਾਰ ਹਾਰ ਜਾਂਦੀਆਂ ਨੇ ਨਾ, ਫਿਰ ਆਪਾਂ ਦੂਸ਼ਣਬਾਜ਼ੀ 'ਚ ਪੈ ਜਾਂਦੇ ਹਾਂ। ਲੋਧੀ ਨੰਗਲ ਆਪਣੇ ਘਰ ਪਰਿਵਾਰ 'ਚ ਖਲੋਤਾ ਆ, ਜਿੱਦਣ ਇੱਥੇ ਕਈ ਹਜ਼ਾਰ ਲੋਕਾਂ ਦਾ ਇਕੱਠ ਕਰਾਂਗੇ ਨਾ ਕਾਨਫਰੰਸ 'ਚ, ਉੱਧਰ ਬਾਹਾਂ ਖੜੀਆਂ ਕਰਾ ਕੇ ਪੁੱਛਾਂਗੇ ਕਿ ਇੱਕ ਬੰਦਾ ਵੀ ਰੱਬ ਵੱਲ ਧਿਆਨ ਕਰਕੇ ਕੋਈ ਆਣ ਕੇ ਕਹੇ ਕਿ ਲੋਧੀ ਨੰਗਲ ਨੇ ਮੁਖਾਲਫਤ ਕੀਤੀ ਹੈ। ਮੈਂ ਮੁਖਾਲਫਤ ਕਦੀ ਨਹੀਂ ਕੀਤੀ, ਨਾਲੇ ਮੈਂ ਪਾਰਟੀ ਦੇ ਵਿੱਚ ਬਹਿ ਕੇ ਕਦੀ ਮੁਖਾਲਫਤ ਨਹੀਂ ਕਰਦਾ। ਤੁਸੀਂ ਇਹ ਦੱਸੋ, 97 'ਚ ਮੈਂ ਆਪਣੇ ਕਾਗਜ਼ ਵਾਪਸ ਲੈ ਕੇ ਪਾਰਟੀ ਦੇ ਹੁਕਮ ਦੇ ਉੱਤੇ ਕਾਹਲੋਂ ਸਾਹਿਬ ਨਾਲ ਚੜ੍ਹ ਕੇ ਅਤੇ ਉਹ ਇਲੈਕਸ਼ਨ ਜਿਹੜੀ ਹੈ ਜਿਤਾਈ ਸੀ, ਉਦੋਂ ਤੁਸੀਂ ਕਦੀ ਵੇਖਿਆ ਸੀ ਵੀ ਕੋਈ ਇਤਰਾਜ਼ ਜਿਹੜਾ ਆਇਆ? ਅਸੀਂ ਫਿਰ ਵੀ ਉਦੋਂ ਮੁਖਾਲਫਤ ਝੱਲੀ। ਇਹ ਸਿਆਸੀ ਗੱਲਾਂ ਹੁੰਦੀਆਂ ਨੇ, ਕਈ ਵਾਰ ਬੰਦੇ ਦੇ ਮਨ 'ਚ ਹੁੰਦਾ ਮੇਰੇ ਲਾਗੇ ਕੋਈ ਹੋਰ ਨਾ ਉਭਰੇ। ਉਹ ਗੱਲਾਂ ਦਾ ਸਮਾਂ ਹੁਣ ਲੰਘ ਗਿਆ, ਹੁਣ ਅਸੀਂ ਇਕੱਠੇ ਹਾਂ। ਕਾਹਲੋਂ ਸਾਹਿਬ ਦੇ ਵੇਲੇ ਉਹਨਾਂ ਨੇ ਆਪਣਾ ਜਿਹੜਾ ਸੀ ਉਹ ਰਾਜ ਭਾਗ ਹੰਢਾਇਆ ਆ, ਉਹਨਾਂ ਲੋਕਾਂ ਦੀ ਸੇਵਾ ਕੀਤੀ ਆ। ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ, ਵੱਡੇ ਨੇ, ਇਹ ਉਹਨਾਂ ਦਾ ਬੇਟਾ ਆ। ਮੈਂ ਕਹਿੰਦਾ ਸੱਚੇ ਪਾਤਸ਼ਾਹ ਨੂੰ ਵੀ ਮਤ ਬਖਸ਼ੇ, ਮਿੱਠੇ ਪਿਆਰ ਦੇ ਨਾਲ ਇਹ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰੇ। ਸਾਨੂੰ ਪੂਰਨ ਭਰੋਸਾ ਆ, ਕਿਉਂਕਿ ਸਾਡਾ ਮਨ ਇਹ ਕਹਿੰਦਾ ਆ ਕਿ ਅਸੀਂ ਸੱਚੇ ਹਾਂ, ਅਸੀਂ ਕਦੀ ਮੁਖਾਲਫਤ ਨਹੀਂ ਕੀਤੀ।
ਤੇ ਜਦੋਂ ਅਸੀਂ ਮੁਖਾਲਫਤ ਨਹੀਂ ਕੀਤੀ ਤੇ ਦੂਜਾ ਮੁਖਾਲਫਤ ਕਰਨ ਜਾਵੇਗਾ ਤੇ ਉਹਨੂੰ ਲੋਕ ਆਖਣਗੇ ਵੀ ਉਹਨਾਂ ਤੁਹਾਡੀ ਮੁਖਾਲਫਤ ਨਹੀਂ ਕੀਤੀ ਤੁਸੀਂ ਕਿਉਂ ਕਰ ਦਿੱਤੀ ਔਰ ਮੈਨੂੰ ਨਹੀਂ ਆਸ ਕਿ ਕੋਈ ਮੇਰੀ ਮੁਖਾਲਫਤ ਕਰੂਗਾ ਕਿਉਂਕਿ ਮੈਂ ਸਾਰਿਆਂ ਦਾ ਸਾਂਝਾ ਜਾਤ ਪਾਤ ਧਰਮਵਾਦ ਤੋਂ ਉੱਪਰ ਉੱਠ ਕੇ ਚੱਲਣ ਵਾਲਾ ਵਿਅਕਤੀ ਹਾਂ ਔਰ ਮੇਰੇ ਨਾਲ ਸਾਰਿਆਂ ਦਾ ਪਿਆਰ ਆ ਔਰ ਸਾਰੇ ਵਰਕਰ ਜਿਹੜੇ ਵੀ ਉਸ ਪਰਿਵਾਰ ਦੇ ਕੋਲ ਵੀ ਜਾਂਦੇ ਸੀ ਸਾਡੇ ਨਾਲ ਸਲਾਹ ਮਸ਼ਰਾ ਵੀ ਕਰਦੇ ਸੀ ਸਾਡੇ ਕੋਲ ਹੋ ਕੇ ਵੀ ਜਾਂਦੇ ਸੀ ਅਸੀਂ ਕਹਿੰਦੇ ਸੀ ਜਾਓ ਗੱਲ ਸੁਣਨੀ ਚਾਹੀਦੀ ਆ ਉਹਨਾਂ ਦੇ ਨਾਲ ਜੇਕਰ ਪਾਰਟੀ ਹਾਈਕਮਾਨ ਕੋਲ ਉਹਨਾਂ ਦੀ ਟਿਕਟ ਵਾਸਤੇ ਵੀ ਜਾਂਦੇ ਸੀ ਤਦ ਵੀ ਸਾਡੇ ਨਾਲ ਗੱਲ ਕਰਦੇ ਸੀ ਦੇਖੋ ਸੱਚੀ ਗੱਲ ਆ ਕਿਉਂਕਿ ਹਰ ਬੰਦੇ ਦਾ ਪਰਦਾ ਆਪੋ ਆਪਣਾ ਹੁੰਦਾ ਅਸੀਂ ਕਹਿੰਦੇ ਸੀ ਜਾਓ ਜਾਣਾ ਚਾਹੀਦਾ ਕਿਉਂਕਿ ਪਾਰਟੀ ਨੇ ਟਿਕਟ ਦੇਣੀ ਆ ਆਪਣੇ ਐਨਾਲਾਈਜ਼ ਜੋ ਕੀਤਾ ਆ ਜੋ ਸਰਵੇ ਕੀਤੇ ਨੇ ਉਹਦੇ ਮੁਤਾਬਕ ਆ ਮੈਂ ਤੁਹਾਡੇ ਕੋਲ ਬੈਠਾ ਹਾਂ ਮੈਂ ਤੁਹਾਨੂੰ ਕਹਿ ਸਕਦਾ ਕਿ ਮੈਂ ਮੇਰਾ ਖਿਆਲ ਆ ਹਾਰਡਲੀ ਇੱਕ ਅੱਧੀ ਵਾਰਾਂ ਜਦੋਂ ਕਿਤੇ ਖਾਣੇ ਖੁਣੇ 'ਤੇ ਇਕੱਠੇ ਹੋਏ ਹਾਂ ਪ੍ਰਧਾਨ ਜੀ ਨੂੰ ਮਿਲਿਆ ਮੈਂ ਕਦੀ ਨਹੀਂ ਪ੍ਰੈਸ਼ਰ ਕੀਤਾ ਜਦੋਂ ਉਹ ਆਪ ਕਰ ਰਿਹਾ ਮੇਰੇ ਕੋਲ ਕੱਲ੍ਹ ਆਈ ਆ 254 ਪੰਚਾਇਤਾਂ ਦੇ ਰੈਜੂਲੇਸ਼ਨ 153 ਪੰਚਾਇਤਾਂ ਸਾਡੇ ਇਸ ਹਲਕੇ ਦੀਆਂ ਸੀ ਮੈਂ ਉਹਨਾਂ ਨੂੰ ਕਿਹਾ ਵੀ ਨਾ ਤੁਸੀਂ ਨਹੀਂ ਜਾਣਾ ਉਹਨਾਂ ਦਾ ਆਪਣਾ ਸਰਵੇ ਆ ਇਸ ਤਰ੍ਹਾਂ ਇਉਂ ਜਾਪੂਗਾ ਵੀ ਪ੍ਰੈਸ਼ਰਾਈਜ਼ ਕਰਦੇ ਆ ਪ੍ਰੈਸ਼ਰਾਈਜ਼ ਨਹੀਂ ਪਾਰਟੀ ਨੂੰ ਕਰਨਾ ਪਾਰਟੀ ਬੜੀ ਸਮਝ ਨਾਲ ਚੱਲ ਰਹੀ ਆ ਔਰ ਉਹਨਾਂ 1x1 ਤੋਰਨਾ ਕਿਉਂਕਿ ਸਾਰਾ ਇਕੱਠਾ ਖਿਲਾਰਾ ਨਹੀਂ ਪਾਉਣਾ ਔਰ ਅਸੀਂ ਜ਼ਿੰਮੇਵਾਰ ਹਾਂ ਸਾਨੂੰ ਉਹਨਾਂ ਨੇ ਇਸ ਕਰਕੇ ਲੇਟ ਕੀਤਾ ਕਿ ਅਸੀਂ ਬਾਕੀ ਨਿਬੇੜਦਿਆਂ ਹੁਣ 76-78 ਸੀਟਾਂ ਹੋ ਗਈਆਂ ਨੇ ਆਪਣੇ ਤੁਹਾਡੇ ਸਾਹਮਣੇ 20 ਬਸਪਾ ਨੂੰ ਦੇ ਦਿੱਤੀਆਂ ਨੇ ਅਤੇ 117 'ਚੋਂ 97 ਜਿਹੜੀਆਂ ਨੇ ਉਹ ਆਪਣੇ ਕੋਲ ਨੇ 97 'ਚੋਂ ਥੋੜ੍ਹੀਆਂ ਸੀਟਾਂ ਰਹਿ ਗਈਆਂ ਨੇ ਆਉਣ ਵਾਲੇ ਦਿਨਾਂ 'ਚ ਹੁਣ ਤੁਸੀਂ ਪਾਰਟੀ ਦਾ ਕਿਸ ਤਰ੍ਹਾਂ ਦਾ ਪ੍ਰੋਗਰਾਮ ਹਲਕੇ 'ਚ ਦਿਹਾਤੀ ਤੌਰ 'ਤੇ ਜਾਂ ਸ਼ਹਿਰੀ ਫਤਿਹਗੜ੍ਹ ਚੁਣੇ ਕਿਸ ਤਰ੍ਹਾਂ ਦਾ ਲੀਕ ਜਾ ਰਹੇ ਹੋ ਸਾਹਮਣੇ ਹੁਣੇ ਵੇਖ ਹੀ ਰਹੇ ਸੀ ਤੁਸੀਂ ਸ਼ਹਿਰ ਦੇ ਬਹੁਤ ਸਾਰੇ ਪਤਵੰਤ ਸੱਜਣ ਜਿਹੜੇ ਨੇ ਪਹੁੰਚੇ ਨੇ ਹੁਣ ਅਸੀਂ 2 ਦਿਨਾਂ 'ਚ ਸਾਰਾ ਹੀ ਹਲਕੇ ਦਾ ਪ੍ਰੋਗਰਾਮ ਸ਼ਹਿਰ ਦਾ ਵੀ ਅਤੇ ਰੂਲਰ ਦਾ ਵੀ ਔਰਗੇਨਾਈਜ਼ ਕਰਾਂਗੇ ਉਸ ਹਿਸਾਬ ਨਾਲ ਅਸੀਂ ਇਲੈਕਸ਼ਨ ਦੀ ਮੂਵਮੈਂਟ ਜਿਹੜੀ ਹੈ ਤੋਰਾਂਗੇ ਔਰ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਜਿਹਦੇ ਬਾਰੇ ਤੁਸੀਂ ਕਹਿੰਦੇ ਜੀ ਨਾ ਕੋਈ ਐਸੀ ਗੱਲ ਨਹੀਂ ਸੀ ਸਾਰੇ ਇਕੱਠੇ ਤੁਰਾਂਗੇ ਉਹਨਾਂ ਦੇ ਡੇਰਾ ਬਾਬਾ ਨਾਨਕ ਜਾ ਕੇ ਵੀ ਪੂਰਾ ਲੱਕ ਬੰਨ ਕੇ ਮਦਦ ਕਰਾਂਗੇ ਔਰ ਇੱਥੇ ਸਾਡੀ ਵੀ ਸਾਰੇ ਮਦਦ ਕਰਾਂਗੇ ਅਲੀਵਾਲ ਤੋਂ ਸੁਖਦੇਵ ਰੰਧਾਵਾ ਦੇ ਨਾਲ ਫਤਿਹਗੜ੍ਹ ਚੂੜੀਆਂ ਤੋਂ ਰਮੇਸ਼ ਸੋਨੀ ਦੀ ਰਿਪੋਰਟ ਪੰਜਾਬ ਟੂਡੇ।